ਸੋ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਤਿਗਬਾਲ ਪੰਜਾਬ ਵੱਡਾ 247 ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਗਗਨ ਫਰਦੌਸੀ ਤੁਹਾਡਾ ਪੰਜਾਬੀ ਮੈਂਟਰ ਐਡ ਪੰਜਾਬ ਵੱਡਾ 247 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਸੋ ਜੀ ਗੱਲ ਕਰੀਏ ਜੀ ਅੱਜ ਦੇ ਟੌਪਿਕ ਬਾਰੇ ਤੇ ਅੱਜ ਅਸੀਂ ਗੁਰਮਤਕਾਵ ਦੇ ਵਿੱਚ ਅੱਜ ਆਪਾਂ ਗੁਰਮਤਕਾਵ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਜਿਵੇਂ ਕਈ ਏਕੇ ਦਸ਼ਮ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੀਆਂ ਰਚਨਾਵਾਂ ਬਾਰੇ ਗੱਲ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਗੱਲ ਕਰਾਂਗੇ ਠੀਕ ਹੈ ਜੀ ਤੇ ਮੇਰਾ ਜ਼ਿਆਦਾ ਫੋਕਸ ਲਊਗਾ ਰਚਨਾਵਾਂ ਬਾਰੇ ਠੀਕ ਹੈ ਜੀ ਰਚਨਾਵਾਂ 'ਤੇ ਜ਼ਿਆਦਾ ਫੋਕਸ ਹੋਊਗਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲ ਕਰੀਏ ਤੇ ਸਿੱਖ ਧਰਮ ਦੇ 10ਵੇਂ ਗੁਰੂ ਨੇ ਨਾਨਕ ਜੋਤ ਜਿਹੜੀ ਹੈ ਉਹ 10ਵੇਂ ਗੁਰੂ ਸਹਿਬਾਨ ਦੇ ਵਿੱਚ ਆਪਾਂ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਦੇ 10ਵੇਂ ਅਵਤਾਰ ਜਸਮੀ ਰੂਪ કહે ਜਾਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਅਦੇਅਤ ਮਕਤਾ ਦੇ ਨਾਲ-ਨਾਲ ਆਪਣੀ ਜਿਹੜੀ ਆ ਰਚਨਾਤਮਿਕ ਰੁਚੀ ਸੀਗੀ ਉਹਦੇ ਨਾਲ ਦੇ ਨਾਲ ਜਿਹੜਾ ਇੱਕ ਧਾਰਮਿਕਤਾ ਦਾ ਕਨਸੈਪਟ ਸਾਡੇ ਸਾਹਮਣੇ ਲੈ ਕੇ ਆਉਂਦਾ ਇੱਕ ਧਰਮ ਦਾ ਕਨਸੈਪਟ ਜਿਹੜਾ ਲੈ ਕੇ ਆਉਂਦਾ ਹੈ ਖਾਲਸਾ ਸਾਜਣਾ ਦਾ ਜਿਹੜਾ ਕਨਸੈਪਟ ਸੀਗਾ ਸਾਡੇ ਸਾਹਮਣੇ ਲੈ ਕੇ ਆਉਂਦਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਬਿਲਕੁਲ ਜੇ ਗੱਲ ਕਰੀਏ ਆਪਣਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਕੁਐਸਚਨ ਆ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਨਾਮ ਕੀ ਸੀਗਾ ਗੋਬਿੰਦ ਰਾਏ ਸੀਗਾ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਰੱਖਿਆ ਗਿਆ ਤੇ ਦਸੰਬਰ 1668 ਜੇ ਆਪਾਂ ਕਹੀਏ ਤਾਂ ਉਹਨਾਂ ਦਾ ਜਨਮ ਹੋਇਆ ਤੇ 161708 ਨੂੰ ਜਿਹੜੇ ਸੱਚਖੰਡ ਜਾ ਵਿਰਾਜੇ ਸੋ ਹਜ਼ੂਰ ਸਾਹਿਬ ਦੇ ਵਿੱਚ ਜੇ ਗੱਲ ਕਰੀਏ ਆਪਾਂ ਤੇ માતા ਜੀਤੋ ਜੀ માતા ਸੁੰਦਰੀ માતા ਜੀਤੋ ਜੀ ਦਾ ਦੂਸਰਾ ਨਾਮ ਅਤੇ માતા ਸਹਿਬਕੌਰ ਜੀ ਗੁਰੂ ਸਾਹਿਬਾਨ ਜੀ ਦੀ ਆਪਾਂ ਕਹਿ ਸਕਦੇ ਹਾਂ ਕਿ ਪਤਨੀਆਂ ਨੇ ਅੱਗੇ ਜੇ ਗੱਲ ਕਰੀਏ ਸਹਬਜ਼ਾਦੇ ਤਾਂ ਇਹ ਸੀਕਵੈਂਸ ਯਾਦ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਇੱਕ ਗੁਰੂ ਸਾਹਿਬਾਨ ਦੇ ਸਹਬਜ਼ਾਦੇ ਨੇ ਅਜੀਤ ਸਿੰਘ ਤੁਝਾਰ ਸਿੰਘ ਜੂਰਾਵਰ ਸਿੰਘ ਫਤੇ ਸਿੰਘ ਤੇ ਗੁਰੂ ਸਾਹਿਬ ਜੀ ਦੇ ਪਿਤਾ ਕੌਣ ਨੇ ਗੁਰੂ ਤੇਗ ਬਹਾਦਰ ਜੀ ਠੀਕ ਹੈ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਹਿੰਦੇ ਆ ਤੇ ਕੱਲ ਆਪਾਂ ਉਹਨਾਂ ਦਾ ਜਿਹੜਾ ਹੈ ਆਪਣਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਹਾਂ ਮਾਤਾ ਸੁਗਰੀ ਜੀ ਮਾਤਾ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਠੀਕ ਹੈ ਜੀ ਇਹ ਬੇਸਿਕ ਇਨਫੋਰਮੇਸ਼ਨ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਅੱਗੇ ਰਚਨਾਵਾਂ ਤੇ ਜ਼ਿਆਦਾ ਫੋਕਸ ਕਰਦੇ ਹਾਂ ਤੇ ਸਾਨੂੰ ਇੱਕ ਗੱਲ ਦੇਖਣ ਨੂੰ ਮਿਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਦੇਖੀਆਂ ਭਾਵ ਕਿ ਅਜਿਹੇ ਗੁਰੂ ਨੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਵਿੱਚ ਬਲੀਦਾਨ ਸ਼ਰਧਾ ਠੀਕ ਹੈ ਜੀ ਵਿਸ਼ਵਾਸ ਦੀ ਗੱਲ ਕਰੀਏ ਆਪਾਂ ਨੌਲੇਜ ਵਾਈਜ਼ ਗੱਲ ਕਰੀਏ ਆਪਾਂ ਤਾਂ ਬਹੁਤ ਹੀ ਵਡਮੁੱਲੀ ਤੇ ਬਹੁਤ ਹੀ ਉੱggi ਸ਼ਖਸੀਅਤ ਆਪਾਂ ਕਹਾਵਾਂਗੇ ਗੁਰੂ ਸਹਿਬਾਨ ਜੀ ਨੂੰ ਜਿਨ੍ਹਾਂ ਨੇ ਆਪਣੀਆਂ ਕਲਪਨਾ ਦੇ ਨਾਲ ਆਪਣੇ ਐਕਸਪੀਰੀਅੰਸ ਦੇ ਨਾਲ ਅਜਿਹੀਆਂ ਰਚਨਾਵਾਂ ਸਾਡੀ ਝੋਲੀ ਪਾਈਆਂ ਈਵਨ ਕੇ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਸਾਜਨਾ ਪੰਥ ਖਾਲਸਾ ਸਾਜਨਾ ਜਿਹੜਾ ਹੈ ਸਾਡੇ ਹਿੱਸੇ ਆਇਆ ਤੇ ਖਾਲਸਾ ਪੰਥ ਸਾਜਿਆ ਸੋ ਇਹ ਮੇਨ ਚੀਜ਼ਾਂ ਆਪਾਂ ਜਿਆਦਾ ਫੋਕਸ ਕਰਾਂਗੇ ਰਚਨਾਵਾਂ ਤੇ ਜਿਹੜਾ ਕਿ ਮਾਸਟਰ ਕੈਟਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਪਹਿਲੀ ਗੱਲ ਕਿ ਰਚਨਾਵਾਂ ਜਿਹੜੀਆਂ ਨੇ ਜਪ ਸਾਹਿਬ ਹੋ ਗਿਆ ਸਾਡੇ ਕੋਲ ਵਾਰ ਸ੍ਰੀ ਭਗਉਤੀ ਜੀ ਕੀ ਜਿਹਨੂੰ ਆਪਾਂ ਚੰਡੀ ਦੀ ਸੋਰੀ ਵਾਰ ਸ੍ਰੀ ਭਗਉਤੀ ਜੀ ਕੀ ਜਫਰਨਾਮਾ ਅਕਾਲ ਉਸਤਤ ਆ ਗਿਆ ਇੱਧਰ ਸੇਮ ਚੀਜ਼ ਚੰਡੀ ਦੀ ਵਾਰ ਆ ਗਈ ਦਸਮ ਗ੍ਰੰਥ ਬਚਿੱਤਰ ਨਾਟਕ ਜਿਹੜੀ ਆਪਾਂ ਸਵੈ ਜੀਵਨੀ ਦੇ ਰੂਪ ਦੇ ਵਿੱਚ ਵੀ ਲੈ ਕੇ ਚੱਲਦੇ ਹਾਂ ਠੀਕ ਹੈ ਜੀ ਤੇ ਜਾਬ ਸਾਹਿਬ ਜਬਜੀ ਸਾਹਿਬ ਤ੍ਰੈਪਰ ਸ ਸਵੇਈ ਰਹਿਰਾਜ ਸਾਹਿਬ ਠੀਕ ਹੈ ਜੀ ਪੰਜ ਬਾਣੀਆਂ ਤੁਹਾਨੂੰ ਪਤਾ ਹੋਣੀ ਹੈ ਨਾ ਤਾਂ ਜਾਬ ਸਾਹਿਬ ਵੀ ਜਿਹੜਾ ਹੈ ਸਵੇਈ ਅਸੀਂ ਪਾਠ ਕਰਦੇ ਹਾਂ ਉਹਦੇ ਵਿੱਚ ਆਉਂਦਾ ਹੈ ਤੇ ਜਫਰਨਾਮਾ ਜਿਹੜਾ ਹੈ ਜਿੱਥੇ ਚਿੱਠੀ ਇਹਦੇ ਬਾਰੇ ਜ਼ਿਆਦਾ ਮੈਂ ਫੋਕਸ ਪੜਾਉਣਾ ਸੁਝਾਉਂਗਾ ਕਿਉਂਕਿ ਬਹੁਤ ਵਾਰੀ ਪੁੱਛਿਆ ਵੀ ਗਿਆ ਹੈ ਠੀਕ ਹੈ ਜੀ ਬਿਲਕੁਲ ਸਹੀ ਮਹਾਨ ਜੇ ਆਪਾਂ ਕਹੀਏ ਮਹਾਨ ਕਵੀ ਵੀ ਨੇ ਮਹਾਨ ਯੋਧੇ ਵੀ ਨੇ ਮਹਾਨ ਦਾਨੀ ਵੀ ਨੇ ਤੇ ਜਿਨ੍ਹਾਂ ਨੇ ਆਪਣੇ ਧਰਮ ਦੇ ਲਈ ਜੇ ਗੱਲ ਕਰੀਏ ਤਾਂ ਆਪਣਾ ਪਰਿਵਾਰ ਵਾਰ ਦਿੱਤਾ ਸੋ ਐਤੋਂ ਵੱਡੀ ਸ਼ਖਸੀਅਤ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਤੇ ਕੋਈ ਹੋ ਸਕਦੀ ਹੈ ਜਿਨ੍ਹਾਂ ਨੇ ਆਪਣੇ ਅੱਖਾਂ ਦੇ ਮੂਰੇ ਇੱਕ ਧਰਮ ਦੀ ਖਾਤਰ ਆਪਣੇ ਜਿਹੜੇ ਸਹਬਜ਼ਾਦੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੋ ਮਿਸਾਲ ਨੇ ਗੁਰੂ ਸਹਿਬਾਨ ਸਾਡੇ ਕੋ ਜਿਨ੍ਹਾਂ ਨੇ ਸਿੱਖ ਧਰਮ ਨੂੰ ਜਿਹੜਾ ਹੈ ਇੱਕ ਸੰਪੂਰਨਤਾ ਵੱਲ ਲੈ ਕੇ ਗਏ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ 11ਵੇਂ ਗੁਰੂ ਸਾਹਿਬ ਜਿਹੜਾ ਹੈ ਥਾਪਿਆ ਇਹਨਾਂ ਨੇ ਜਪਾ ਸਾਹਿਬ ਜਿਹੜਾ ਹੈ ਜੇ ਆਪਾਂ ਗੱਲ ਕਰੀਏ ਜਪ ਸਾਹਿਬ ਹੋ ਗਿਆ ਚੌਵੀ ਅਵਤਾਰ ਸ਼ਾਸਤਰ ਨਾਮਾ ਗਿਆਨ ਪ੍ਰਬੋਧ ਖਾਲਸੇ ਦੀ ਮਹਿਮਾ ਆਦਿ ਇਹਨਾਂ ਦੀ ਹੋਰ ਸਾਨੂੰ ਰਚਨਾਵਾਂ ਮਿਲਦੀਆਂ ਨੇ ਜੇ ਗੱਲ ਕਰੀਏ ਦਸ਼ਮ ਗ੍ਰੰਥ ਸਾਹਿਬ ਜੀ ਦੀ ਮੁੰਡਲੀ ਰਚਨਾ ਦੇ ਵਿੱਚ ਆਉਂਦਾ ਹੈ ਤੇ ਇੱਕ ਮੈਂ ਗੱਲ ਕਰਾਂ ਆਦ ਗ੍ਰੰਥ ਕੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਫਰਕ ਹੈ ਉਹ ਜੇ ਗੱਲ ਆਪਾਂ ਕਰੀ ਨਾ ਆਦ ਗ੍ਰੰਥੀ ਤਾਂ ਆਦ ਗ੍ਰੰਥ ਦਾ ਜਿਹੜਾ ਕਨਸੈਪਟ ਹੈ ਉਹ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਤੱਕ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਤੱਕ ਆਉਂਦਾ ਹੈ ਉਹਦੇ ਵਿੱਚ ਜਿਹੜੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਹੈ ਉਸ ਟਾਈਮ ਦੇ ਜਿਹੜੇ ਸੂਫੀ ਸੰਤ ਹੋਏ ਨੇ ਉਹਨਾਂ ਦੀ ਬਾਣੀ ਦੇ ਦਰਜੇ ਉਹ ਹੋਗੀ ਆਦ ਗ੍ਰੰਥ ਪਰ ਜਦੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਜੈਜਵੰਤੀ ਰਾਗ ਦੇ ਵਿੱਚ ਜਦੋਂ ਬਾਣੀ ਐਡ ਆਨ ਹੋ ਜਾਂਦੀ ਹੈ ਤਾਂ ਸੰਪੂਰਨ ਜਦੋਂ ਗੁਰੂ ਸਾਹਿਬਾਨ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਤਾਂ ਜਦੋਂ ਉਹਨਾਂ ਨੇ ਇਹ ਉਪਦੇਸ਼ ਦੇ ਦਿੱਤਾ ਕਿ ਹੁਣ ਗੈਰਵੇਂ ਜਿਹੜੇ ਕੋਈ ਦੇਹਧਾਰੀ ਗੁਰੂ ਨਹੀਂ ਹੋਗਾ ਸਾਡਾ ਜਿਹੜਾ ਸਾਡਾ ਸ੍ਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਉਹੀ ਸਾਡੇ ਗੁਰੂ ਹੋਣਗੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਤਾਂ ਇਹਦੇ ਵਿੱਚ ਸਾਡਾ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪਣੇ 11ਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਹਾਂ ਠੀਕ ਹੈ ਜੀ ਅੱਗੇ ਜੇ ਗੱਲ ਕਰੀ ਆ ਜ਼ਫਰਨਾਮਾ ਜਾਂ ਜਿਹੜਾ ਕਿ ਸਭ ਤੋਂ ਹੀ ਇੰਪੋਰਟੈਂਟ ਮੰਨਿਆ ਗਿਆ ਹੈ ਜ਼ਫਰਨਾਮਾ ਜਿਸ ਨੂੰ ਆਪਾਂ ਜਿੱਤ ਦੀ ਚਿੱਠੀ ਜਾਂ ਫਿਰ ਫਤਿਹ ਦੀ ਚਿੱਠੀ ਦੀ ਗੱਲ ਕਰਦੇ ਹਾਂ ਪੇਪਰ ਦੇ ਪੁਆਇੰਟ ਆਫ View ਦੇ ਨਾਲ ਗੱਲ ਕਰੀਏ ਦਸੰਬਰ 1705 ਦੇ ਵਿੱਚ ਪਿੰਡ ਹੈਗਾ ਸੀ ਦੀਨਾ ਇਹ ਮੋਗਾ ਜ਼ਿਲ੍ਹਾ ਦੇ ਵਿੱਚ ਆਈ ਥਿੰਕ ਮੈਨੂੰ ਜਿੰਨਾ ਤੱਕ ਪਤਾ ਹੈ ਮੋਗੇ ਦੇ ਵਿੱਚ ਆ ਇੱਕ ਵਾਰੀ ਕਰੈਕਟ ਦੇਖ ਲਓ ਇਹਨੂੰ ਮੋਗੇ ਦੇ ਵਿੱਚ ਮੈਨੂੰ ਲੱਗਦਾ ਉੱਥੇ ਜਾ ਕੇ ਠਹਿਰੇ ਤੇ ਦੀਨਾ ਸਾਹਿਬ ਨਗਰ ਉਹ ਨਗਰ ਹੈ ਜਿੱਥੇ ਸਤਗੁਰੂ ਜੀ ਨੇ ਦਸੰਬਰ 21 ਸਨ 1705 ਨੂੰ ਔਰੰਗਜ਼ੇਬ ਉਸ ਟਾਈਮ ਦਾ ਜਿਹੜਾ ਮੁਗਲ ਸ਼ਾਸਕ ਸੀਗਾ ਔਰੰਗਜ਼ੇਬ ਸੀਗਾ ਉਸ ਦੀ ਚਿੱਠੀ ਦਾ ਜਿਹੜਾ ਜਵਾਬ ਜੋ ਆਨੰਦਪੁਰ ਸਾਹਿਬ ਵਿੱਚ ਵਸੂਲ ਹੋਈ ਸੀ ਉਹ ਚਿੱਠੀ ਦਾ ਜਵਾਬ ਗੁਰੂ ਸਾਹਿਬਾਨ ਨੇ ਜ਼ਫਰਨਾਮੇ ਦੇ ਵਿੱਚ ਦਿੱਤਾ ਤੇ ਸਿੱਖ ਰਵਾਇਤੀ ਅਨੁਸਾਰ ਚਿੱਠੀ ਦਾ ਤਤਵਿਕ ਸਿਰਲੇਖ ਜ਼ਫਰਨਾਮਾ ਦੇ ਨਾਮ ਦੁਆਰਾ ਪੁਕਾਰਿਆ ਜਾਂਦਾ ਹੈ ਠੀਕ ਹੈ ਜੀ ਜ਼ਫਰਨਾਮੇ ਦੀ ਗੱਲ ਆਈ ਤੇ ਕਹਿੰਦੇ ਕਿ ਜਦੋਂ ਗੁਰੂ ਜੀ ਨੇ ਜ਼ਫਰਨਾਮਾ ਲਿਖਣਾ ਸ਼ੁਰੂ ਕੀਤਾ ਦੇ 12 ਹਦਾਇਤਾਂ ਵਿੱਚ ਜਿਹੜਾ ਸੀਗਾ ਮੁਕੰਮਲ ਕੀਤਾ ਸੀਗਾ ਤੇ ਕਿਹਾ ਜਾਂਦਾ ਹੈ ਇਤਿਹਾਸ ਵਿੱਚ ਕਿਹਾ ਜਾਂਦਾ ਹੈ ਸਰ ਪੰਜਾਬ ਕਾ ਮਹਾਪੈਕ 1 ਇਅਰ ਕੇ ਲਿਏ 919 ਮੈਂ ਚਾਹੀਏ 5 ਲੜਕੇ ਹੈ ਮੇਰੇ ਹੱਥ ਚ ਹੁੰਦਾ ਤਾਂ ਯਾਰ ਮੈਂ ਤੁਹਾਨੂੰ ਦੇ ਦਿੰਦਾ ਮੇਰੇ ਹੱਥ ਚ ਕੁਛ ਨਹੀਂ ਹੈ ਜਦੋਂ ਆਫਰ ਆਊਗਾ ਉਦੋਂ ਹੀ ਮਿਲੂਗਾ ਠੀਕ ਹੈ ਜੀ ਬਿਲਕੁਲ ਸਹੀ ਰਜਿੰਦਰ ਜੀ ਆਧ ਗ੍ਰੰਥ ਵਿੱਚ 1428 ਪੰਨੇ ਨੇ ਅੰਗ ਨੇ ਉਹ ਬੇਸਿਕ ਕਨਸੈਪਟ ਮੈਂ ਦੱਸ ਰਿਹਾ ਸੀਗਾ ਠੀਕ ਹੈ ਜੀ ਉਹ ਵੀ ਮੈਂ ਕਿਸੇ ਦਿਨ ਸੈਸ਼ਨ ਲਵਾਂਗਾ ਉਹਦੇ ਵਿੱਚ ਆਪਾਂ ਡਿਟੇਲ ਚ ਪੜਾਂਗੇ ਇਸ ਚੀਜ਼ ਨੂੰ ਅੱਗੇ ਗੱਲ ਕਰਦੇ ਆਪਾਂ ਜਫਰਨਾਮਾ ਜਿਹੜਾ 12 ਹਦਾਇਤਾਂ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਇੰਪੋਰਟੈਂਟ ਹੈ ਅੱਗੇ ਹਦਾਇਤ ਨਾਮੇ ਦਾ ਆਰੰਭ ਵਿੱਚ ਗੁਰੂ ਜੀ ਨੇ ਪਰਮੇਸ਼ਰ ਦੀ ਸਿਫਤ ਕੀਤੀ ਹੈ ਜਿਵੇਂ ਸਾਡੇ ਕੋਲ ਮੰਗਲਾ ਚਰਨ ਦਾ ਕਨਸੈਪਟ ਨਹੀਂ ਆ ਜਾਂਦਾ ਸੇਮ ਚੀਜ਼ ਜੇ ਆਪਾਂ ਗੱਲ ਕਰੀਏ ਤਾ ਪਰਮੇਸ਼ਰ ਦੀ ਸਿਫਤ ਕੀਤੀ ਹੈ ਇਹਦੇ ਵਿੱਚ ਇਹ ਇੱਕ ਹਦਾਇਤ ਇਤਿਹਾਸਿਕ ਚਿੱਠੀ ਵੀ ਮੰਨੀ ਜਾਂਦੀ ਹੈ ਜਿਹੜੀ ਜਫਰਨਾਮਾ ਹੈ ਜਿਹੜੀ ਫਾਰਸੀ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਮੋਸਟ ਇੰਪੋਰਟੈਂਟ ਜਫਰਨਾਮਾ ਇਹਨੂੰ ਯਾਦ ਕਿੱਦਾਂ ਕਰਾਂ ਜਿਹੜਾ ਫਫੇ ਵੇਰ ਬਿੰਦੀ ਆ ਫਫਾ ਰਰਾ ਫਾਰਸੀ ਇਥੋਂ ਯਾਦ ਕਰ ਲੈਣਾ ਕਿ ਫਾਰਸੀ ਦੇ ਵਿੱਚ ਲਿਖਿਆ ਗਿਆ ਹੋਊਗਾ ਬੜਾ ਆਪਾਂ ਭੁੱਲ ਜੰਨੇ ਹਾਂ ਨਾ ਤੇ ਜਫਰਨਾਮਾ ਔਰੰਗਜ਼ੇਬ ਨੂੰ ਲਿਖਿਆ ਜਿੱਤ ਦੀ ਚਿੱਠੀ ਹੈ ਫਾਰਸੀ ਦੇ ਵਿੱਚ ਲਿਖਿਆ ਤੇ 12 ਹਦਾਇਤਾਂ ਨੇ ਇਹਦੇ ਵਿੱਚ ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੇ ਵੱਲੋਂ ਕੀਤੇ ਜ਼ੁਲਮ ਤੇ ਜ਼ਬਰ ਦੀ ਚੇਤਾਵਨੀ ਦਿੱਤੀ ਹੈ ਕਿ ਜਦੋਂ ਸਾਰੇ ਹੋਰ ਹਿਲੇ ਖਤਮ ਹੋ ਜਾਣ ਤਾਂ ਹੱਥ ਵਿੱਚ ਤਲਵਾਰ ਜਿਹੜੀ ਹੈ ਢੁਕਨੀ ਜ਼ਰੂਰੀ ਹੈ ਸੋ ਡਾਕਟਰ ਸਤਿੰਦਰ ਸਤਾਜ ਜੀ ਨੇ ਵੀ ਬਹੁਤ ਵਧੀਆ ਜਫਰਨਾਮਾ ਲਾਕਡਾਊਨ ਦੇ ਵਿੱਚ ਪੇਸ਼ ਕੀਤਾ ਸੀਗਾ ਉਹਨੂੰ ਜ਼ਰੂਰ ਸੁਣਿਓ ਇੱਕ ਵਾਰੀ ਬਹੁਤ ਬਾ ਕਮਾਲ ਗਾਇਆ ਹੈ ਸੋ ਇੱਕ ਵਾਰੀ ਜ਼ਰੂਰ ਸੁਣਿਓ ਜੋ ਜੀ ਨਹੀਂ ਪੜ ਸਕਦੇ ਤਾਂ ਸੋ ਇਹ ਸੀਗਾ ਜੀ ਗੁਰੂ ਸਹਿਬਾਨ ਬਾਰੇ ਛੋਟੀ ਜੀ ਜਾਣਕਾਰੀ ਸੋ ਬਾਕੀ ਬਹੁਤ ਬਹੁਤ ਸ਼ੁਕਰੀਆ ਜੀ ਮੇਰੇ ਨਾਲ ਜੁੜਨ ਦੇ ਲਈ ਜੀ ਗੱਲ ਕਰੀ ਆਪਾਂ ਪੰਜਾਬ ਅੱਡਾ 247 ਦੀ ਤਾਂ ਪੰਜਾਬ ਅੱਡਾ 247 ਜਿਹੜਾ ਹੈ ਤੁਹਾਨੂੰ ਦੇ ਰਿਹਾ ਹੈ ਪੰਜਾਬ ਦਾ ਮਹਾ ਪੈਕ ਪੰਜਾਬ ਕਾ ਮਹਾ ਪੈਕ ਪੰਜਾਬ ਕਾ ਮਹਾ ਪੈਕ ਦੇ ਰਿਹਾ ਹੈ ਠੀਕ ਹੈ ਜੀ ਜਿਹਦਾ ਪ੍ਰਾਈਸ ਹੈ Y393 ਕੋਡ ਲਾ ਕੇ ਠੀਕ ਹੈ ਜੀ 70% डिस्काउंट ਤੁਹਾਨੂੰ ਮਿਲ ਜੂਗਾ 77% ਡਿਸਕਾਊਂਟ ਮਿਲ ਕੇ 3200 ਰੁਪਏ ਤੱਕ ਦਾ ਤੁਹਾਨੂੰ ਮਿਲ ਜੂਗਾ ਪੰਜਾਬ ਦਾ ਮਹਾਂਪੈਗ੍ਰੀ ਦੇ ਵਿੱਚ ਸਾਰੇ ਕੰਪੀਟਿਟਿਵ ਇਗਜ਼ਾਮ ਜਿਹੜੇ ਹੈ ਮਹਕਪ੍ਰੀਤ ਜੀ ਉਹ ਇੱਕ ਮੈਂ ਨਾ ਇੱਕ ਦਿਨ ਬਣਾਏ ਦਵਾਂਗਾ ਤੁਹਾਨੂੰ ਕਿ ਆਦ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਡਿਫਰੈਂਸ ਹੈ ਠੀਕ ਹੈ ਜੀ ਆਦ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਿਰ ਆਪਾਂ ਉਹ ਅਲੱਗ-ਅਲੱਗ ਫੈਕਟਰ ਯਾਦ ਕਰ ਲਾਂਗੇ ਮਹਕ ਜੀ ਠੀਕ ਹੈ ਜੀ ਬਾਕੀ ਇਹ ਯਾਦ ਰੱਖਿਓ ਬਾਕੀ ਮਿਲਦੇ ਆਂ ਜੀ ਨੈਕਸਟ ਇੱਕ ਗਹਿਣੇ ਵਾਲਾ ਸੈਸ਼ਨ ਆ ਉਹ ਜ਼ਰੂਰ ਦੇਖਿਓ ਖਾਸ ਤੌਰ ਤੇ ਜਿਹੜੇ ਸਾਡੇ ਨਾਲ ਊਮਨ ਸਟੂਡੈਂਟਸ ਜੁੜੇ ਆ ਜ਼ਰੂਰ ਦੇਖਿਓ ਜੀ ਤੁਹਾਡੀਆਂ ਗੱਲਾਂ ਹੋਣੀਆਂ ਉੱਚ ਜ਼ਿਆਦਾ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਮੈਨੂੰ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ